ਬਾਹਰ ਠੰਡ ਬਹੁਤ ਹੈ ਜੀ। ਠੰਡ ਬਹੁਤ ਹੈ, ਬਹੁਤ ਸਰਦੀ ਪੈ ਰਹੀ ਜੀ ਬਾਹਰ। ਫਿਰ ਸਰਦੀ ਬਹੁਤ ਹੈ ਜੀ, ਮੈਂ ਕੀ ਕਰਾਂ, ਬਾਹਰ ਬੜੀ ਠੰਡ ਪੈ ਰਹੀ ਜੀ। ਮੈਨੂੰ ਸੁਣ ਰਿਹਾ ਠੰਡ ਪੈ ਰਹੀ, ਲੇਕਿਨ ਮੈਂ ਕੀ ਕਰਾਂ। ਸਾਡਾ ਤਾਂ ਕੰਮ ਹੈ ਤਲਾਬ ਪਹੁੰਚਾਉਣੀ ਜੀ। ਆ ਪਹਾੜੀ ਇਲਾਕੇ ਚ ਬਰਫ਼ ਪੈ ਰਹੀ ਜੇ, ਯਕੀਨ ਕਰੋ ਬੜੀ ਠੰਡ ਜੇ, ਹਰ ਸ਼ਹਿਰ ਠੰਡੀ ਹੋ ਗਈ ਜੇ। ਇਹ ਵੇਖੋ ਸਰਦੀ ਬਹੁਤ ਪੈ ਰਹੀ ਜੀ, ਮੈਂ ਕੀ ਕਰਾਂ। ਮੈਂ ਦੱਸ, ਇੱਕ ਕਮਰਾ ਕਿਰਾਏ ਤੇ ਚਾਹੀਦਾ ਤੈਨੂੰ ਜੀ? ਜੀ, ਮੈਂ ਕਿੱਥੇ ਤੈਨੂੰ ਕਮਰਾ ਕਿਰਾਏ ਤੇ ਚਾਹੀਦਾ। ਕੌਣ ਹੈ ਬਈ? ਅਸਲਾਮੁਅਲੈਕੁਮ ਭਾਈ ਜੀ। ਵਾਲੇਕੁਮ ਸਲਾਮ ਜਨਾਬ। ਸਰਦੀ ਬਹੁਤ ਹੈ ਜੀ ਬਾਹਰ। ਹਾਂਜੀ, ਸਭ ਨੂੰ ਪਤਾ ਸਰਦੀ ਹੈ, ਤੁਸੀਂ ਆਏ ਕਿਸ ਤਰ੍ਹਾਂ ਹੋ? ਬੜੀ ਠੰਡ ਪੈ ਰਹੀ ਜੀ। ਭਾਈ ਜਾਨ, ਟੀਵੀ ਵਾਲੇ ਵੀ ਦੱਸਣ ਦੇ ਨੇ, ਤੁਹਾਡਾ ਦੱਸਣਾ ਜ਼ਰੂਰੀ ਕੋਈ? ਕਮਰਾ ਕਿਰਾਏ ਤੇ ਚਾਹੀਦਾ ਜੀ। ਕਮਰਾ? ਜੀ ਜੀ, ਕਮਰੇ ਸਾਰੇ ਚੜ ਗਏ ਨੇ ਭਾਜੀ, ਬਾਹਰ ਠੰਡ ਬਹੁਤ ਜੇ। ਕਿਤੇ ਹੋਰ ਜਾ ਕੇ ਟਰਾਈ ਕਰ ਲਓ, ਕਿਤੇ ਹੋਰ ਪਤਾ ਕਰ ਲਓ ਤੁਸੀਂ ਭਾਜੀ, ਸਰਦੀ ਬਹੁਤ ਜੇ। ਲੇਕਿਨ ਭਾਈ ਕਮਰਾ ਕੋਈ ਨਹੀਂ ਨਾ, ਮੀਆਂ ਬੀਵੀ ਹੋ ਤੁਸੀਂ? ਇਹ ਮੇਰੀ ਬੀਵੀ ਹੁੰਦੀ, ਮੈਨੂੰ ਠੰਡ ਲੱਗਣੀ ਸੀ। ਉਹ ਵੈਸੇ ਪੁੱਛਿਆ ਉਹਨੂੰ, ਠੰਡ ਲੱਗਣ ਡਈ ਉਹਨੂੰ ਭਾਈ? ਕਿਤੇ ਹੋਰ ਪਤਾ ਕਰ ਲਓ ਤੁਸੀਂ, ਇੱਥੇ ਕਮਰਾ ਕੋਈ ਨਹੀਂ ਹੈਗਾ। ਭਾਈ ਜੀ ਮੈਂ ਮਰ ਜਾਵਾਂਗਾ ਜੇ। ਉਹ ਜਨਾਬ, ਕਿਤੇ ਹੋਰ ਪਤਾ ਕਰੋ, ਕਮਰਾ ਹੈ ਹੀ ਨਹੀਂ, ਕਿੱਥੋਂ ਦੇ ਦਈਏ ਤੁਹਾਨੂੰ? ਕਿਰਾਇਆ ਦੇ ਲਓ ਮੈਨੂੰ, ਕਿਤੇ ਜਗ੍ਹਾ ਦੇ ਦਿਓ ਥੋੜ੍ਹੀ ਜਿਹੀ, ਬਹੁਤ ਸਰਦੀ ਬਾਹਰ ਭਾਜੀ। ਜਗ੍ਹਾ ਦੇ ਦਈਏ? ਜੀ ਜੀ, ਜਗ੍ਹਾ ਪਸੰਦ ਕਰ ਲਾ, ਫਿਰ ਕਿਰਾਇਆ ਕਮਰੇ 'ਚ ਨਹੀਂ ਹੋਣਾ। ਠੀਕ ਹੈ ਭਾਜੀ, ਬੜੀ ਮਿਹਰਬਾਨੀ ਜੀ, ਇਹ ਫੜੋ ਭਾਈ ਜੀ। ਮਿਹਰਬਾਨੀ, ਮੈਂ ਆਪਣਾ ਸਮਾਨ ਲਾਵਾਂ ਜੀ? ਲੈ ਯਾਰ, ਬੜੀ ਮਿਹਰਬਾਨੀ ਭਾਈ ਜੀ, ਜ਼ਿੰਦਾਬਾਦ ਭਾਈ, ਮਾਲਕ ਨੂੰ ਖੁਸ਼ ਹੋ ਜਾਏਗੀ। ਕਿੱਧਰ ਕਮਰਾ ਚਾਹੀਦਾ? ਤੂੰ ਕੀ ਕਰਨਾ ਕਮਰਾ, ਤੂੰ ਕੀ ਉੱਥੇ ਰਹਿਣਾ? ਹੈਲੋ, ਕਮਰੇ 'ਚ ਰਹਿਣਾ? ਕਮਰਾ ਮੈਂ ਲੈ ਲੈਣਾ, ਤੂੰ ਚੁੱਪ ਕਰਕੇ ਰਹੀ ਜਾ। ਚੱਲ ਚੱਲ, ਰੱਖ ਲੈ। ਚੱਲ ਆ ਜਾਓ, ਕਮਰਾ ਤੇ ਕਿਰਾਇਆ ਤੇ ਕੋਈ ਨੀ ਹੈਗਾ। ਹੈ ਜੀ, ਅੱਧਾ ਕਿਰਾਇਆ ਦੇ ਦੀ, ਉਹਦੇ ਨਾਲ ਹੀ ਰਹੀ ਜਾ। ਕੀ ਲਿਆਉਣਾ ਜੀ? ਰਜਾਈ ਗਰਮ ਨੀ ਹੋਣ ਡਈ ਜੀ, ਹੱਸਣ ਨਹੀਂ ਹੈ ਤੇਰੇ ਨੇ। ਚੱਲ ਤੇਰੇ ਨੇ ਸ਼ੋਹਾ ਤੁਹਾਡਾ, ਮੈਂ ਨੀ ਉਹਨੇ ਕੰਮ ਕਰਦੀ। ਮੈਂ ਤੈਨੂੰ ਦੱਸਾਂ ਕਾਲਿਆ, ਮੈਂ ਤੈਨੂੰ ਛੱਡਣਾ ਨੀ ਹੈਗਾ ਸ਼ੋਹਾ ਜਿਹਾ ਨਾ ਹੋਏ ਤੇ। ਓਏ ਇੱਥੇ ਮਾਰੀਦਾ, ਉੱਧਰ ਨਹੀਂ, ਤੇਰਾ ਦੇਹ ਵੀ ਗੰਦਾ, ਇੱਥੇ ਮਾਰ ਉਹਨੂੰ ਲੱਗ। ਮੈਂ ਮਾਰਨਾ ਜਿੱਥੇ ਮਰਜ਼ੀ ਮਾਰਾਂ, ਤੈਨੂੰ ਤਕਲੀਫ ਹੈ, ਅਗਲੇ ਨੂੰ ਨੀ ਪਤਾ ਲੱਗਣ ਡਿਆ। ਇਹ ਜਾਣ ਕੇ ਹੁਣ ਕੇਤਲਾ ਹੋਇਆ ਜਵਾਨ। ਜਾਓ ਯਾਰ, ਘਰਾਂ ਦੇ ਵਿੱਚ ਰਜ਼ਾਈਆਂ 'ਚ ਪਵੋ, ਸਾਲਿਓ ਤੁਹਾਨੂੰ ਐਕਟਿੰਗ ਦੀ ਪਈ।